ਔਰ ਅਸੀਂ ਹੁਣ ਇੰਡੀਆ ਦੀ ਗੱਲ ਕਰ ਹੀ ਰਹੇ ਹਾਂ ਤੇ ਇੱਕ ਹੋਰ ਅਸਟਾਂ ਦੀ ਬੜੀ ਦਰਦਨਾਕ ਸ਼ੂਟਿੰਗ ਹੋਈ ਹੈ ਇੰਡੀਆ ਦੇ ਵਿੱਚ ਔਰ ਰੇਲਵੇ ਪ੍ਰੋਟੈਕਸ਼ਨ ਫੋਰਸ ਦਾ ਇੱਕ ਪਰਸਨਲ ਸੀਗਾ ਜਿਸਨੇ ਜਿਹੜੀ ਸਰਕਾਰੀ ਬੰਦੂਕ ਸੀਗੀ ਉਸ ਦੇ ਨਾਲ ਹੀ ਇਹ ਸ਼ੂਟਿੰਗ ਕੀਤੀ ਹੈ ਔਰ ਚਾਰ ਲੋਕਾਂ ਦੀ ਇਸ ਨੇ ਜਾਨ ਲੈ ਲਈਤੀ ਹੈ ਜਿਸ ਦੇ ਵਿੱਚ ਕੀ ਅਸਿਸਟੈਂਟ ਸਬ ਇੰਸਪੈਕਟਰ ਵੀ ਸੀਗਾ ਜਿਹੜਾ ਕਿਸ ਬੋਰਡ ਦੇ ਸਟ੍ਰੇਨ ਦੇ ਵਿੱਚ ਸੀਗਾ ਪਲਗਾ ਰੇਲਵੇ ਸਟੇਸ਼ਨ ਦੇ ਉੱਪਰ ਮਹਾਰਾਸ਼ਟਰ ਤੋਂ ਥੋੜੇ ਵਿੱਚ ਥੋੜੀ ਅੱਗੇ ਚੱਲ ਕੇ ਇਸ ਆਦਮੀ ਨੇ ਜਿਹੜੇ ਹੈ ਇਹ ਸਾਰੇ ਕੈਸ਼ੂਲੇਟਸ ਕੀਤੀਆਂ ਔਰ اے ایس ਆਈ ਵੀ ਇਸ ਦੇ ਵਿੱਚ ਹੈਗਾ ਔਰ ਇਹ ਫਾਇਰਿੰਗ ਇਨਸੀਡੈਂਟ ਹੋਇਆ ਹੈ ਜੈਪੁਰ ਮੁੰਬਈ ਸੈਂਟਰਲ ਸੁਪਰਫਾਸਟ ਐਕਸਪ੍ਰੈਸ ਜਿਹੜੀ ਹੈ ਟ੍ਰੇਨ ਉਸ ਦੇ ਵਿੱਚ ਇਸ ਆਦਮੀ ਨੇ ਜਿਹੜੀਆਂ ਹੈ ਗੋਲੀਆਂ ਚਲਾ ਦਿੱਤੀਆਂ ਸੀਗੀਆਂ ਔਰ اے ਆਰ ਪੀ ਐਫ ਦਾ ਕੌਨਸਟੇਂਟ ਸੀਗਾ ਚੇਤਨ ਸਿੰਘ ਜਿਸ ਨੇ ਗੋਲੀਆਂ ਚਲਾਨੀਆਂ ਸ਼ੁਰੂ ਕੀਤੀਆਂ ਇਸ ਦੀ ਆਪਣੀ ਆਫੀਸ਼ੀਅਲ ਆਟੋਮੈਟਿਕ ਵੈਪਨ ਸੀਗਾ ਜਿਹੜਾ ਇਸ ਦੇ ਕੋਲ ਸੀਗਾ ਸਵੇਰੇ ਤੜਕੇ 5 ਵਜੇ ਇਸ ਨੇ ਪਹਿਲੇ ਤੇ ਆਪਣੇ ਆਰਪੀਐਫ ਦੇ ਸਕੁਲੀਗ ਨੂੰ ਮਾਰਿਆ ਜਿਹੜਾ ਕਿ ਔਨ ਡਿਊਟੀ ਸੀਗਾ ਇਸ ਦੇ ਨਾਲ ਉਸ ਦਾ ਨਾਮ ਸੀਗਾ ਏਐਸਆਈ ਟਿਕਰਾਮੀਨਾ ਜਿਸ ਦੀ ਮੌਤ ਹੋਈ ਹੈ ਜਿਸ ਨੂੰ ਕਿ ਜਿਸ ਨੇ ਜੇ 2025 ਦੇ ਵਿੱਚ ਰਿਟਾਇਰ ਹੋਣਾ ਸੀਗਾ ਉਸ ਤੋਂ ਬਾਅਦ ਇਹ ਫਿਰ ਤਿੰਨ ਹੋਰ ਪੈਸੇਂਜਰਸ ਨੂੰ ਉਸ ਨੇ ਟ੍ਰੇਨ ਦੇ ਵਿੱਚ ਮਾਰ ਦਿੱਤਾ ਇਹ ਜਿਹੜੀ ਟ੍ਰੇਨ ਹੈ ਮੁੰਬਈ ਤੋਂ ਜੈਪੁਰ ਜਾ ਰਹੀ ਸੀਗੀ ਤਕਰੀਬਨ 12 ਰਾਉਂਡ ਜਿਹੜੇ ਇਸ ਨੇ ਫਾਇਰ ਕੀਤੇ ਟਿਕਰਾਮ ਜਿਹੜਾ ਉਹ ਰਾਜਸਥਾਨ ਦਾ ਰਹਿਣ ਵਾਲਾ ਸੀਗਾ ਔਰ ਅਚੇਤਨ ਸਿੰਘ ਉੱਤਰ ਪ੍ਰਦੇਸ਼ ਦਾ ਸੀਗਾ ਜਿਹੜਾ ਚੇਤਨ ਸਿੰਘ ਸੀਗਾ ਜਿਸ ਨੇ ਗੋਲੀਆਂ ਚਲਾਈਆਂ ਹਨ ਇੱਕ ਆਫੀਸਰ ਸੀਗਾ ਜਿਸ ਨੂੰ ਅਕਸਰ ਜ਼ਿਆਦਾ ਜਲਦੀ ਗੁੱਸਾ ਆ ਜਾਂਦਾ ਸੀਗਾ ਔਰ ਇਹ ਕਹਿਣਾ ਸੀਗਾ ਕਿ ਹੁਣ ਜਿਹੜੀ ਗੱਲਬਾਤ ਪਤਾ ਚੱਲੀ ਹੈ ਕਿ ਕੋਈ ਵੀ ਗੱਲ ਨਹੀਂ ਸੀ ਹੋਈ ਇਸ ਨੂੰ ਬਸ ਕਿਸੇ ਗੱਲ ਤੇ ਥੋੜਾ ਜਿਹਾ ਗੁੱਸਾ ਆ ਗਿਆ ਤੇ ਪਹਿਲੇ ਤੇ ਇਸ ਨੇ ਤੇ ਨਾਲ ਐਸਆਈ ਸੀਗਾ ਉਸ ਨੂੰ ਗੋਲੀ ਮਾਰੀ ਫਿਰ ਬੋਗੀਆਂ ਟੱਪਦਾ ਹੋਇਆ ਇਸ ਨੇ ਜਾ ਕੇ ਆਮ ਲੋਕਾਂ ਨੂੰ ਗੋਲੀਆਂ ਮਾਰਨੀ ਸ਼ੁਰੂ ਕਰ ਦਿੱਤੀ ਤੇ ਤਿੰਨ ਹੋਰ ਲੋਕਾਂ ਨੂੰ ਇਸਨੇ ਗੋਲੀ ਮਾਰੀ ਔਰ ਫਿਰ ਟ੍ਰੇਨ ਦੀ ਚੇਨ ਖਿੱਚ ਕੇ ਉਤਰ ਗਿਆ ਹਾਲਾਂਕਿ ਇਸ ਨੂੰ ਫਿਰ ਅਰੈਸਟ ਕਰ ਲਿੱਤਾ ਗਿਆ ਹੈ ਮੁੰਬਈ ਦੇ ਵਿੱਚੋਂ ਹੀ ਮੀਰਾ ਬਾਜ਼ਾਰ ਦੇ ਵਿੱਚੋਂ ਔਰ ਇਹ ਆਦਮੀ ਜਿਹੜਾ ਹੈ ਹੁਣ ਅਰੈਸਟ ਕਰ ਲਿੱਤਾ ਗਿਆ ਹੈ ਪਰ ਪਰੇਸ਼ਾਨੀ ਵਾਲੀ ਗੱਲ ਇਹ ਹੈ ਕਿ ਇਹ ਜਿਹੜੇ ਲੋਕ ਜਿਨ੍ਹਾਂ ਨੂੰ ਸਿਕਿਉਰਿਟੀ ਵਾਸਤੇ ਬੰਦੂਕਾਂ ਦਿੱਤੀਆਂ ਗਈਆਂ ਨੇ ਜੇ ਇਹੀ ਲੋਕ ਆਮ ਲੋਕਾਂ ਦੇ ਉੱਪਰ ਬੰਦੂਕਾ ਚਲਾ ਦੇਣਗੇ ਤੇ ਫਿਰ ਤੇ ਬਹੁਤ ਜ਼ਿਆਦਾ ਜਿਹੜੀ ਹੈ ਮੁਸ਼ਕਿਲ ਦੀ ਗੱਲ ਬਣਦੀ ਜਾ ਰਹੀ ਹੈ